ਚੌਕ ਇੰਨਾ ਜ਼ਿਆਦਾ ਵਧਿਆ ਪਿਛਲੇ ਸਾਲ ਸਤੰਬਰ ਦੇ ਵਿੱਚ ਲਾਕਡਾਊਨ ਲੱਗਿਆ ਸੀ ਸਕੂਲ ਬੰਦ ਸੀਗੇ 24 ਘੰਟਿਆਂ ਦੇ ਵਿੱਚੋਂ ਤਕਰੀਬਨ 19-20 ਘੰਟੇ ਸਾਈਕਲ ਹੀ ਚਲਾਉਂਦੇ ਸੀਗੇ ਵੀ ਦਿਨ ਦੇ ਵਿੱਚ ਤਕਰੀਬਨ 250-300 ਕਿਲੋਮੀਟਰ 250-300 ਕਿਲੋਮੀਟਰ ਸਾਈਕਲਿੰਗ ਕਰਦੇ ਰਹੇ ਹਾਂ ਜੀ ਨਹੀਂ ਪਿਛਲੇ ਜੇ ਕਿਸਾਨ ਤਰਨੇ ਚ ਜਾ ਕੇ ਆਏ ਆਂ ਤਕਰੀਬਨ ਅਸੀਂ 3:30 ਸ਼ਾਮ ਨੂੰ ਚੱਲੇ ਸੀਗੇ ਤੇ 3:30 ਸ਼ਾਮ ਨੂੰ ਅਸੀਂ ਦਿੱਲੀ ਪਹੁੰਚ ਗਏ ਸੀਗੇ 24 ਘੰਟਿਆਂ ਦੇ ਵਿੱਚ ਵਿੱਚ ਕਮਰਾ ਇੰਡੀਆ ਬੁਕਿੰਗ ਰਿਕਾਰਡਸ ਦੇ ਵਿੱਚ ਨਾਮ ਦਰਜ ਹੋਇਆ ਏ ਉਹ ਹੈ ਵੀ ਲਗਾਤਾਰ 127 ਦਿਨ ਬਿਨਾਂ ਕੋਈ ਵੀ ਛੁੱਟੀ ਮਾਰੇ ਉਹ ਤਕਰੀਬਨ ਹਾਂਜੀ 127 ਦਿਨ ਸੋ ਸਾਈਕਲ 30708 ਕਿਲੋਮੀਟਰ ਸਾਈਕਲ ਚ ਲਾਇਆ ਜਿਹੜਾ ਦਿਨ ਦੀ ਐਵਰੇਜ ਤਕਰੀਬਨ 241 ਕਿਲੋਮੀਟਰ ਬੰਦੀ ਆ ਇਹਦੇ ਚ ਕੀ ਖਾਸੀਅਤ ਹੈ ਜਾਂ ਇਹ ਕਿੰਨੇ ਇੱਕ ਕਿੰਨੇ ਕਰੀਟ ਦਾ ਵੈਸੇ ਹੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਇਹ ਤਕਰੀਬਨ ਜਿਹੜੇ ਸਾਈਕਲ ਆਏ ਮਾਡਰਨ ਸਾਈਕਲ ਚੱਲੇ ਆ 6000 ਤੋਂ ਲੈ ਕੇ 24 ਲੱਖ ਤੱਕ ਦੇ ਸਾਈਕਲ ਪਏ ਆ 24 ਲੱਖ ਦਾ ਖਾਣੇ ਪਾਕਿਸਤਾਨ ਦਾ ਬੰਦਾ ਪਿਛੇ ਜੇ ਲਾਸਟ ਇਅਰ ਕਾਫੀ ਵੀਡੀਓ ਵਾਇਰਲ ਹੋਈ ਸੀ ਉਹਨਾਂ ਕੋਲੇ 24 ਲੱਖ ਦਾ ਸਾਈਕਲ ਹੈ ਜਿਹੜਾ 1 ਘੰਟੇ ਦੇ ਵਿੱਚ 60 ਕਿਲੋਮੀਟਰ ਕੱਢ ਦਿੰਦਾ ਹੈ ਰਿਕਾਰਡ ਬਣਾਏ ਤੋਂ ਬਿਨਾ ਤੁਸੀਂ ਡੇਲੀ ਦਾ ਕਿੰਨਾ ਚਲਾਉਨੇ ਹੋ ਹਾਂਜੀ ਮੇਰਾ ਰੁਟੀਨ 'ਚ ਮੈਂ ਦਿੱਲੀ 100 ਕਿਲੋਮੀਟਰ ਦਿੱਲੀ ਚਲਾਉਣਾ ਚਾਹੇ ਮੀਂਹ ਆਵੇ ਨੇਰੀ ਆਵੇ ਕੁਝ ਹੋ ਜੇ ਉਹ ਮੈਂ ਤਕਰੀਬਨ ਚਲਾਉਣਾ ਹੀ ਚਲਾਉਣਾ ਹੈ ਤਕਰੀਬਨ ਹੁਣ ਤੱਕ ਮੈਂ ਲਗਾਤਾਰ 580 ਸੈਂਚਰੀਆਂ ਲਗਾਤਾਰ ਲਾ ਚੁੱਕਿਆ ਬਿਨਾ ਨਾ ਗਏ ਇੱਕ ਦਿਨ ਵੀ ਜੀਤ ਚ ਨਾਗਾ ਨਹੀਂ ਮਾਰਿਆ ਹੈ ਕਾਰਾਂ ਦੀ ਬੇਰੁਕੀ ਹੈ ਵੀ ਜੇ ਕੋਈ ਨੈਸ਼ਨਲ ਲੈਵਲ ਤੇ 골ਡ ਮੈਡਲ ਲੈ ਕੇ ਆਉਂਦਾ ਸਿਰਫ ਉਹਨਾਂ ਨੂੰ ਤਕਰੀਬਨ ਮੈਂ ਤਾਂ ਚਾਹੁੰਦਾ ਵੀ ਹਰੇਕ ਨੂੰ ਜਿਹੜੀ ਉਹ ਜੋਬ ਮਿਲਣੀ ਚਾਹੀਦੀ ਹੈ ਪਰ ਮੈਂ ਬਹੁਤ ਆਸ-ਪਾਸੇ ਵੇਖਦਾ ਵੀ ਨੈਸ਼ਨਲ ਖੇਡੇ ਹੋਏ ਪਲੇਅਰ ਆ ਜਿਹੜੇ ਉਹ ਜਦੋਂ ਵਿਲੇ ਮੈਂ ਉਹਨਾਂ ਨੂੰ ਵੇਖਦਾ ਵੀ ਤੁਰੇ ਫਿਰਦੇ ਆ ਮਨ ਬਹੁਤ ਦੁਖੀ ਜਾਂਦਾ ਸਤਿ ਸ੍ਰੀ ਅਕਾਲ ਜੀ ਪੰਜਾਬ న్యూਜ਼ ਦੇਖ ਰਹੇ ਹੋ ਤੇ ਮੈਂ ਆ ਸੁਖਬੀਰ ਸਿੰਘ ਚੈਣਾ ਦਰਸ਼ਕੋ ਅੱਜ ਤੁਹਾਨੂੰ ਇੱਕ ਐਸੀ ਵਿਲੱਖਣ ਸ਼ਖਸੀਅਤ ਦੇ ਨਾਲ ਮਲਾਉਣ ਜਾ ਰਹੇ ਆ ਜਿਨ੍ਹਾਂ ਦੇ ਜਨੂਨ ਜਿਨ੍ਹਾਂ ਦੇ ਆਪਣੇ ਭਰੋਸੇ ਆਤਮ ਵਿਸ਼ਵਾਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਣਾ ਔਰ ਉਹਨਾਂ ਦੀਆਂ ਪ੍ਰਾਪਤੀਆਂ ਨੇ ਜਿਹੜੀਆਂ ਉਹਤੇ ਬਾ ਕਮਾਲ ਨੇ ਸਾਡੇ ਨਾਲ ਨੇ ਅੱਜ ਬਾਈ ਪਰਮਿੰਦਰ ਸਿੰਘ ਜੀ ਸਿੱਧੂ ਜਿਨ੍ਹਾਂ ਨੇ ਨਿਸ਼ਚਿਤ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਦੂਰੀ ਦਾ ਰਿਕਾਰਡ ਬਣਾਇਆ ਸਾਈਕਲ ਦੇ ਉੱਤੇ ਦੂਰੀ ਦਾ ਰਿਕਾਰਡ ਬਣਾਇਆ ਇਹਨਾਂ ਨੂੰ ਮਾਣ ਮਿਲਿਆ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਇਹਨਾਂ ਦਾ ਨਾਮ ਹੈ ਭਾਵ ਕਿ ਦੁਨੀਆ ਦੇ ਵਿੱਚ ਇਹ ਪਹਿਲੇ ਇਨਸਾਨ ਨੇ ਜਿਨ੍ਹਾਂ ਨੇ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਵੱਧ ਤੋਂ ਵੱਧ ਦੂਰੀ ਜਿਹੜੀ ਐ ਉਹ ਤੈਅ ਕੀਤੀ ਐ ਸਾਈਕਲ ਦੇ ਉੱਪਰ ਨਾਲ ਹੀ ਇਹਨਾਂ ਦਾ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਨਾਮ ਐ ਇੰਡੀਆ ਦੇ ਵਿੱਚੋਂ ਵੀ ਇਹ ਪਹਿਲੇ ਨੰਬਰ ਤੇ ਨੇ ਔਰ ਵਿਸ਼ਵ ਦੇ ਵਿੱਚ ਵੀ ਇਹ ਪਹਿਲੇ ਨੰਬਰ ਦੇ ਉੱਪਰ ਨੇ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਵੱਧ ਤੋਂ ਵੱਧ ਦੂਰੀ ਤੈਅ ਕਰਨਾ ਇਹਨਾਂ ਨੇ ਰਿਕਾਰਡ ਬਣਾਇਆ ਸੋ ਇਹਨਾਂ ਦੇ ਨਾਲ ਸਾਰੀ ਆਪਾਂ ਗੱਲਬਾਤ ਅੱਜ ਕਰਨੀ ਐ ਔਰ ਬਾਈ ਜੀ ਕੋਟਕਪੂਰਾ ਦੇ ਰਹਿਣ ਵਾਲੇ ਨੇ ਸਾਡੇ ਪੰਜਾਬ ਦੇ ਲਈ ਪਸਾਨੂੰ ਪੰਜਾਬੀਆਂ ਦੇ ਲਈ ਔਰ ਪੂਰੇ ਭਾਰਤ ਦੇ ਲਈ ਜਿਹੜੀਆਂ ਬਾਈ ਪਰਮਿੰਦਰ ਸਿੰਘ ਸਿੱਧੂ ਦੀਆਂ ਪ੍ਰਾਪਤੀਆਂ ਨੇ ਉਹ ਬੜੀਆਂ ਮਾਣ ਸਨਮਾਨ ਦੀਆਂ ਹੱਕਦਾਰ ਨੇ ਉਹਨੂੰ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਸੋ ਇਸ ਵੇਲੇ ਸਾਡੇ ਨਾਲ ਨੇ ਬਾਈ ਪਰਮਿੰਦਰ ਸਿੰਘ ਜੀ ਸਿੱਧੂ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ अच्छा भाई जी जिਵੇਂ ਸਾਨੂੰ ਪਤਾ ਲੱਗਾ ਵੀ ਤੁਸੀਂ ਪੇਸ਼ੇ ਤੋਂ ਡੀਪੀ ਮਾਸਟਰ ਹੋ ਹਾਂਜੀ ਤੇ ਚਲੋ ਖੇਡਾਂ ਨਾਲ ਤੁਹਾਡਾ ਲगाव ਤਾਂ ਵੈਸੇ 1 ਕਿਲੋ ਵੀ ਨੌਕਰੀ ਦੇ ਹਿਸਾਬ ਨਾਲ ਵੀ ਹੈਗਾ ਪਰ ਇਹ ਸਾਈਕਲਿੰਗ ਦਾ ਜਿਹੜਾ ਸ਼ੌਂਕ ਹੈ ਇਹ ਤੁਹਾਨੂੰ ਕਿਵੇਂ ਲੱਗਿਆ ਸ਼ੁਰੂਆਤ ਕਿੱਥੋਂ ਇਹਦੀ ਸ਼ੁਰੂਆਤ ਹੁੰਦੀ ਹੈ ਅਸੀਂ ਦਰਸਲ ਮੈਂ ਬੇਸਿਕਲੀ ਪਹਿਲਾਂ ਐਥਲੀਟ ਸੀ ਉਸ ਵਿੱਚ ਮੈਂ तकरीबन 5-6 ਵਾਰ ਨੈਸ਼ਨਲ ਦੇ ਵਿੱਚ ਉਹ ਘਟੋ ਘਟੋ ਵੀ 15-20 골ਡ ਮੈਡਲ ਜਿੱਤ ਚੁੱਕਿਆ ਹਾਂ ਇੱਕ ਵਾਰ ਇੰਟਰਨੈਸ਼ਨਲ ਲੈਵਲ ਜੋ 2016 ਦੇ ਵਿੱਚ ਸਿੰਗਾਪੁਰ ਜੋ ਗੇਮਸ ਹੋਈਆਂ ਸੀ ਉਸ ਤੋਂ ਇੱਕ 골ਡ ਮੈਡਲ ਔਰ ਇੱਕ ਸਿਲਵਰ ਮੈਡਲ ਜਿੱਤਿਆ ਸੀ ਕਾਦੇ ਵਿੱਚ ਜਿੱਤੇ ਤੁਸੀਂ ਇਹ ਉਹ ਹਰਡਲਸ ਦੇ ਵਿੱਚ 110 ਹਰਡਲਸ ਔਰ 400 ਮੀਟਰ ਹਰਡਲ ਦੇ ਵਿੱਚ ਉਸ ਤੋਂ ਬਾਅਦ ਵੀ ਸਾਡਾ ਕੋਟਕਪੂਰੇ ਦਾ ਜੋ ਸਟੇਡੀਅਮ ਹੈ ਉਹ ਬਹੁਤ ਜਿਆਦੇ ਹਾਰਡ ਉਹਦੇ ਵਿੱਚ ਪਾਣੀ ਲਾਉਣ ਦੀ ਕੋਈ ਹੈ ਨਹੀਂ ਕਿ ਵੀ ਪਾਣੀ ਲੱਗ ਜੇ ਪਾਣੀ ਲੱਗਦਾ ਰਹੇ ਤਾਂ ਤਕਰੀਬਨ ਪੋਲਾ ਹੋ ਜਾਂਦਾ ਤੇ ਜਿਆਦਾ ਹਾਰ ਨਹੀਂ ਹੁੰਦਾ ਉਹ ਇੱਕ ਤਰ੍ਹਾਂ ਦਾ ਛੜਕੀ ਬਣਿਆ ਪਿਆ ਜਦੋਂ ਅਸੀਂ ਉਸਤੇ ਦੌੜਦੇ ਆ ਮੇਰੇ ਸ਼ਿਨਪੇਨ ਦੀ ਪ੍ਰੋਬਲਮ ਗੋਡਿਆਂ ਦੀ ਪ੍ਰੋਬਲਮ ਮਸਲਜ਼ ਪ੍ਰੋਬਲਮ ਆਉਣ ਲੱਗ ਗਈਆਂ ਸੀ ਉਦੋਂ ਨਜਾਦ ਪਾਉਣ ਵਾਸਤੇ ਅਸੀਂ ਤਕਰੀਬਨ ਫਿਰ ਮੈਂ ਸਾਈਕਲਿੰਗ ਸ਼ੁਰੂ ਕੀਤੀ ਸੀ ਹਫਤੇ ਚੱਕ ਦੇਣੀ ਵੀ ਜਿਹੜਾ ਵੀ ਸ਼ਿਨਪੇਨ ਤੇ ਜਿਹੜੇ ਗੋਡਿਆਂ ਦੀ ਪ੍ਰੋਬਲਮ ਸ਼ੁਰੂਆਤ ਹੁੰਦੀ ਹੈ ਅੱਛਾ ਫਿਰ ਉਸ ਬਾਅਦ 10 ਤੋਂ 20 ਕਿਲੋਮੀਟਰ 20 ਤੋਂ 40 50 100 ਕਿਲੋਮੀਟਰ ਉਹ ਤਾਂ ਫਿਰ ਦਿਨ ਚ ਸੀ 4-4 5-500 ਕਿਲੋਮੀਟਰ ਵੀ ਕੀ ਕੀ ਰੀ ਲਾ ਦਿੰਨੇ ਸੀ ਠੀਕ ਹੈ ਤੇ ਤੁਹਾਡੀ ਸ਼ੁਰੂਆਤ ਮਤਲਬ ਕਿ ਇੱਥੋਂ ਹੋਈ ਵੀ ਤੁਸੀਂ ਅ ਰੇਸ ਕਰਦੇ ਸੀ ਉਹ ਛੱਡਤਾ ਤੇ ਫਿਰ ਤੁਸੀਂ ਸਾਈਕਲ ਦੇ ਉੱਪਰ ਹੋ ਗਏ ਹਾਂਜੀ ਹਾਂਜੀ ਅੱਛਾ ਬਾਈ ਜੀ ਇਹ ਫਿਰ ਅ ਤੁਸੀਂ ਕੋਈ ਮਿਸ਼ਨ ਲੈ ਕੇ ਚੱਲ ਰਹੇ ਹੋ ਜਾਂ ਸ਼ੌਂਕੀਆ ਤੌਰ ਉੱਪਰ ਹੀ ਐ ਸਭ ਤੋਂ ਪਹਿਲਾਂ ਤਾਂ ਐ ਸ਼ੌਂਕੀਆ ਤੌਰ ਤੇ ਹੀ ਸਾਈਕਲਿੰਗ ਸ਼ੁਰੂ ਕੀਤੀ ਸੀ ਫਿੱਟ ਰਹਿਣ ਵਾਸਤੇ ਫਿਰ ਉਸ ਬਾਅਦ ਹੀ ਬਠਿੰਡਾ ਸਾਈਕਲਿੰਗ ਗਰੁੱਪ ਆਏ ਜੋ ਆਲ ਇੰਡੀਆ ਦਾ ਤਕਰੀਬਨ ਸਭ ਤੋਂ ਮੰਨਿਆ ਪਰ ਮੰਨਿਆ ਗਰੁੱਪ ਆਏ ਉਹਨਾਂ ਨੇ ਇੱਕ ਚੈਲੰਜ ਦਿੱਤਾ ਉਹ ਅਸੀਂ ਚੈਲੰਜ ਐਕਸੈਪਟ ਕੀਤਾ ਪੂਰਾ ਕੀਤਾ ਉਸ ਬਾਅਦ ਕੰਪੀਟੀਸ਼ਨ ਆਏ ਕੰਪੀਟੀਸ਼ਨ ਦਾ ਸ਼ੌਂਕ ਪੈ ਗਿਆ ਤਕਰੀਬਨ ਹੁਣ ਤੱਕ ਆਲ ਇੰਡੀਆ ਦੇ ਜਿੰਨੇ ਕੰਪੀਟੀਸ਼ਨਾਂ ਨੇ ਤਕਰੀਬਨ 15-20 ਕੰਪੀਟੀਸ਼ਨ ਦੇ ਵਿੱਚ ਮੈਂ ਤਕਰੀਬਨ ਫਸਟ ਸੈਕੰਡ ਜਾਂ ਥਰਡ ਪੋਜੀਸ਼ਨ ਲੈਂਦਾ ਰਿਹਾ ਹਾਂ ਉਸ ਤੋਂ ਬਾਅਦ ਸ਼ੌਂਕ ਇੰਨਾ ਜ਼ਿਆਦਾ ਵਧਿਆ ਪਿਛਲੇ ਸਾਲ ਸਤੰਬਰ ਦੇ ਵਿੱਚ ਲਾਕਡਾਊਨ ਲੱਗਿਆ ਅਸੀਂ ਸਕੂਲ ਬੰਦ ਸੀਗੇ 24 ਘੰਟਿਆਂ ਦੇ ਵਿੱਚ ਉਹ ਤਕਰੀਬਨ 19-20 ਘੰਟੇ ਸਾਈਕਲ ਹੀ ਚਲਾਉਂਦੇ ਸੀਗੇ ਵੀ ਦਿਨ ਦੇ ਵਿੱਚ ਤਕਰੀਬਨ 250-300 ਕਿਲੋਮੀਟਰ 250-300 ਕਿਲੋਮੀਟਰ ਸਾਈਕਲਿੰਗ ਕਰਦੇ ਰਹੇ ਹਾਂ ਜੀ ਜਦੋਂ 15 ਕ ਦਿਨ ਤੋਂ ਬਾਅਦ ਆਇਆ ਵੀ ਮੈਂ ਵੇਖਿਆ ਵੀ ਮੈਂ ਵਰਲਡ ਦੇ ਵਿੱਚੋਂ ਤਕਰੀਬਨ ਤੀਜੇ ਚੌਥੇ ਨੰਬਰ ਤੇ ਚੱਲ ਰਿਹਾ ਸੀ ਉਸ ਟਾਈਮ ਮੈਂ ਰੁਕ ਰਹੇ ਹਾਂ ਵਿੱਚ ਮਤਲਬ ਕਿ 3 350 ਕਿਲੋਮੀਟਰ ਥੇਲੀ ਤੁਸੀਂ ਚਲਾ ਦਿੰਦੇ ਸੀ ਹਾਂਜੀ ਇੰਨਾ ਤਾਂ ਮਤਲਬ ਦਿੱਲੀ ਬਣਦਾ ਹੋਣਾ ਇੱਥੋਂ ਹਾਂਜੀ ਹਾਂਜੀ ਤਕਰੀਬਨ ਕੋਟਕਪੂਰੇ ਤੋਂ ਦਿੱਲੀ 400 ਕਿਲੋਮੀਟਰ ਹੈ हां मतलब ਤੁਸੀਂ ਚੱਲੋਂ ਤਾਂ ਦਿੱਲੀ ਵੀ ਪਹੁੰਚ ਜਾਓਗੇ ਸਾਈਕਲ ਦੇ ਉੱਪਰ ਅਸੀਂ ਪਿਛੇ ਜੇ ਕਿਸਾਨ ਤਰਨੇ ਚ ਜਾ ਕੇ ਆਏ ਆਂ ਅੱਛਾ ਤਕਰੀਬਨ ਅਸੀਂ 3 3:30 ਸ਼ਾਮ ਨੂੰ ਚੱਲੇ ਸੀਗੇ ਤੇ 3:30 ਸ਼ਾਮ ਨੂੰ ਅਸੀਂ ਦਿੱਲੀ ਪਹੁੰਚ ਗਏ ਸੀਗੇ 24 ਘੰਟਿਆਂ ਦੇ ਵਿੱਚ ਵਿੱਚ ਅੱਛਾ ਸਾਈਕਲ ਦੇ ਉੱਪਰ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਫਿਰ ਜੋ ਤੁਸੀਂ ਇਹ ਆ ਜਿਹੜੇ ਤੁਹਾਡੇ ਰਿਕਾਰਡ ਨੇ ਸਾਨੂੰ ਇਹ ਦੱਸੋ ਵੀ ਤੁਹਾਡੇ ਰਿਕਾਰਡ ਨੇ ਜਿਹੜੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਕਿਵੇਂ-ਕਿਵੇਂ ਬਣੇ ਨੇ ਕਿਉਂਕਿ ਆਮ ਦਰਸ਼ਕਾਂ ਨੂੰ ਨਾ ਇਹ ਸਮਝਣਾ ਬੜਾ ਔਖਾ ਜਾ ਹੈ ਤੇ ਇਹ ਸੌਖੇ ਜਿਹੇ ਤਰੀਕੇ ਨਾਲ ਸਮਝਾਓ ਤੁਸੀਂ ਰਿਕਾਰਡ ਕਿਵੇਂ ਕਿਵੇਂ ਬਣਾਈ ਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰਾ ਇੰਡੀਆ ਬੋਕੋ ਰਿਕਾਰਡਸ ਦੇ ਵਿੱਚ ਨਾਮ ਦਰਜ ਹੋਇਆ ਏ ਉਹ ਹੈ ਲਗਾਤਾਰ 127 ਦਿਨ ਬਿਨਾਂ ਕੋਈ ਵੀ ਛੁੱਟੀ ਮਾਰੇ ਉਹ ਤਕਰੀਬਨ ਹਾਂਜੀ 127 ਦਿਨ ਹੀ 127 ਦਿਨ 30708 ਕਿਲੋਮੀਟਰ ਸਾਈਕਲ ਚਲਾਇਆ ਜਿਹੜਾ ਦਿਨ ਦੀ ਐਵਰੇਜ ਤਕਰੀਬਨ 241 ਕਿਲੋਮੀਟਰ ਬੰਦੀ ਆ ਮਤਲਬ ਕਿ ਤੁਸੀਂ 241 ਕਿਲੋਮੀਟਰ ਡੇਲੀ ਚਲਾਉਨੇ ਹੋ ਸਾਈਕਲ ਹਾਂਜੀ ਹਾਂਜੀ ਉਸ ਟਾਈਮ ਜਦੋਂ ਮੇਰਾ ਰਿਕਾਰਡ ਦਰਜ ਹੋਇਆ ਏ ਰਿਕਾਰਡ ਦਰਜ ਹੋਇਆ ਹਾਂਜੀ ਹਾਂ ਉਸ ਬਾਅਦ ਅੰਮ੍ਰਿਤਸਰ ਦੀ ਕਲੱਬ ਆ ਉਹਨਾਂ ਨੇ ਸਾਨੂੰ ਇੱਕ ਚੈਲੰਜ ਦਿੱਤਾ ਸੀ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਤਕਰੀਬਨ 87 ਕ ਸਾਈਕਲਿਸਟ ਸੀਗੇ ਆਪਣੇ ਆਲ ਇੰਡੀਆ ਦੇ ਤੇ ਉਹਨਾਂ ਸਾਰਿਆਂ ਨੇ ਰਲ ਕੇ ਤਕਰੀਬਨ 24000 ਕੋਈ ਸਾਈਕਲ ਚਲਾਇਆ ਸੀਗਾ ਉਹ ਵੀ ਸਾਡਾ ਜਿਹੜਾ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਦੇ ਵਿੱਚ ਹਾਂਜੀ ਹਾਂਜੀ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਦੇ ਵਿੱਚ ਨਾਮ ਦਰਜ ਹੋਇਆ ਸੀ ਅੱਛਾ ਭਾਈ ਜਿਹੜਾ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਨਾਮ ਦਰਜ ਹੋਇਆ ਹੈ ਉਹਦੇ ਵਿੱਚ ਇੰਡੀਆ ਦੇ ਕਿੰਨੇ ਕ ਬੰਦੇ ਨੇ ਇੰਡੀਆ ਦੇ ਤਕਰੀਬਨ 86 87 ਸੀਗੇ अच्छा हां जी ਤੇ ਪਹਿਲੇ 10ਾਂ ਦੇ ਵਿੱਚ ਕਿੰਨੇ ਕა ਪਹਿਲੇ 10ਾਂ ਦੇ ਉਹ ਤਕਰੀਬਨ ਸਾਰਿਆਂ ਨੇ ਡਿਸਟੈਂਸ ਹੀ ਕਵਰ ਕਰਨਾ ਸੀ ਜਿੰਨਾ ਦਿੱਤਾ ਹੋਇਆ ਏ ਉਹ ਡਿਸਟੈਂਸ ਕਵਰ ਹੋਇਆ ਤੇ ਉਹ ਸਾਰਿਆਂ ਦਾ ਤਕਰੀਬਨ ਨਾਮ ਜਿਹੜਾ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਹੋ ਗਿਆ ਮੇਰੇ ਨਾਲ ਦੇ ਸਾਥੀ ਸੀ ਫਰੀਦਕੋਟ ਦੇ ਤਿੰਨ ਹੀ ਰਿਸ਼ਵਾਲ ਸਿੰਘ ਸੰਧੂ ਜੀ ਕੁਲਦੀਪ ਸਿੰਘ ਬਰਾੜ ਤੇ ਗगन ਸੰਧੂ ਜੀ ਉਹਨਾਂ ਦਾ ਨਾਮ ਵੀ ਜਿਹੜਾ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਹੋਇਆ ਦਰਜ ਅੱਛਾ ਅੱਛਾ ਨਾ ਇਹਦੇ ਕੋਈ ਨੰਬਰ ਵੀ ਹੁੰਦੇ ਵੀ ਪਹਿਲੇ ਨੰਬਰ ਦੂਜੇ ਦੇ ਨੰਬਰ ਤੇ ਜਿੰਨਾ ਨੰਬਰ ਨਹੀਂ ਇਹ ਜਿਹੜਾ ਸਾਡਾ ਕਲੱਬ ਲਈ ਉਹ ਜਿਹੜਾ ਪਰ ਜਿਹੜਾ ਇੰਡੀਆ ਬੁੱਕ ਰਿਕਾਰਡ ਦੇ ਵਿੱਚ ਜੋ ਮੇਰਾ ਨਾਮ ਦਰਜੋ ਹੈ ਉਹ ਮੇਰਾ ਪਰਸਨਲ ਹੈ ਉਹ ਤੁਹਾਡਾ ਕੱਲਿਆਂ ਦਾ ਹਾਂਜੀ ਹਾਂਜੀ ਸਿਰਫ ਤੁਹਾਡਾ ਨਾਮ ਹੀ ਬਿਲਕੁਲ ਬਿਲਕੁਲ ਅੱਛਾ ਭਾਈ ਜਿਹੜੀ ਇਹ ਤੁਹਾਡੀ ਚਲੋ ਆਪਾਂ ਨਾਲ ਨਾਲ ਦੂਜੀਆਂ ਗੱਲਾਂ ਵੀ ਕਰਾਂਗੇ ਨਾਲ ਨਾਲ ਜਿਹੜਾ ਤੁਹਾਡਾ ਇਹ ਘੋੜਾ ਹੈਗਾ ਸਾਈਕਲ ਇਹਦੀ ਆਪਾਂ ਗੱਲਬਾਤ ਵੀ ਕਰ ਲਗੇ ਮਤਲਬ ਕਿ ਇਹਦੇ ਚ ਕੀ ਖਾਸੀਅਤ ਹੈ ਜਾਂ ਇਹ ਕਿੰਨੇ ਕਿ ਇਹ ਕਿੰਨੇ ਕੁ ਰੇਟ ਦਾ ਵੈਸੇ ਇਹ ਪਹਿਲਾਂ ਤਾਂ ਇਹ ਤੁਹਾਨੂੰ ਇਹ ਦੱਸੋ ਇਹ ਤਕਰੀਬਨ ਜਿਹੜੇ ਸਾਈਕਲ ਆਈ ਮਾਡਰਨ ਸਾਈਕਲ ਚੱਲੇ ਆ 6000 ਤੋਂ ਲੈ ਕੇ 24 ਲੱਖ ਤੱਕ ਦੇ ਸਾਈਕਲ ਪਏ ਆ ਇਹ 24 ਲੱਖ ਤੱਕ ਹਾਂਜੀ ਪਾਕਿਸਤਾਨ ਦਾ ਬੰਦਾ ਪਿਛੇ ਜੇ ਲਾਸਟ ਇਅਰ ਕਾਫੀ ਵੀਡੀਓ ਵਾਇਰਲ ਹੋਈ ਸੀ ਉਹਨਾਂ ਕੋਲੇ 24 ਲੱਖ ਦਾ ਸਾਈਕਲ ਹੈ ਜਿਹੜਾ 1 ਘੰਟੇ ਦੇ ਵਿੱਚ 60 ਕਿਲੋਮੀਟਰ ਕੱਢ ਦਿੰਦਾ ਨਹੀਂ ਭਈ ਆਪੇ ਭਜਦਾ ਉਹ ਜਾਂ ਬੰਦਾ ਭਜਾਉਂਦਾ ਪੈਡਲ ਮਾਰਨੇ ਪੈਂਦੇ ਆਈ ਅੱਛਾ ਤਾਂ ਇਹ ਆ ਉਹ ਇਹੀ ਖਾਸੀਅਤ ਆ ਵੀ ਉਹ 1 ਘੰਟੇ ਦੇ ਵਿੱਚ 60 ਕਿਲੋਮੀਟਰ ਦੀ ਸਪੀਡ ਨਾਲ ਚੱਲਦਾ ਹੈ ਅੱਛਾ ਜਿਹੜਾ ਭਾਈ ਆ ਸਾਈਕਲ ਤੁਹਾਡੇ ਕੋਲੇ ਆ ਹਾਂ ਇਹ ਜੇ ਨਵਾਂ ਲਈਏ ਤਾਂ ਕੀ ਰੇਟ ਹੈ ਔਰ ਇਹ ਕਿੰਨਾ ਕੁ ਸਪੀਡ ਨਾਲ ਚੱਲਦਾ ਹੈ ਇਹਦਾ ਰੇਟ ਤਕਰੀਬਨ ਨਵੇਂ ਦਾ 35000 ਰੁਪਏ ਆਈ ਪਰ ਮੈਂ ਇਹ ਸੈਕੰਡ ਹੈਂਡ ਲਿਆ ਸੀ 18000 ਦਾ 4000 ਰੁਪਏ ਦੇ ਸਰਵਸਤੇ ਲਾਇਆ ਸੀਗਾ ਮੈਨੂੰ ਤਿਰਨ 22000 ਦਾ ਪਿਆਈ ਤੇ ਇਹ ਇਹ ਦੀ ਸਪੀਡ ਹੁਣ ਕਿੰਨੀ ਕੁ ਹੈ ਇਹ ਤਕਰੀਬਨ 25 ਤੋਂ ਲੈ ਕੇ 30 ਦੀ ਸਪੀਡ ਕੱਢ ਜਾਂਦਾ ਚੱਲ ਜਾਂਦਾ ਹਾਂਜੀ ਤੇ ਹੁਣ ਬਾਈ ਤੁਸੀਂ ਡੇਲੀ ਇਸ ਸਮੇਂ ਕੋ ਚਲੋ ਇੱਕ ਤਾਂ ਹੁੰਦਾ ਬੰਦੇ ਨੇ ਰਿਕਾਰਡ ਬਣਾਉਣਾ ਹਨਾ ਹਾਂਜੀ ਹਾਂ ਮੈਂ ਇਧਰਲੇ ਪਾਸੇ ਹੋ ਜਾਣਾ ਇੱਕ ਤਾਂ ਰਿਕਾਰਡ ਬਣਾਉਣ ਵਾਸਤੇ ਬੰਦਾ ਕਰਦਾਗਾ ਬਿਲਕੁਲ ਵੀ ਹੁਣ ਤੁਸੀਂ 27 ਦਿਨ ਇਕੱਠਾ ਚਲਾਉਣਾ ਹੈ ਤੁਸੀਂ 2 ਮਹੀਨੇ ਇਕੱਠੇ ਚਲਾਉਣੇ ਆ ਵੀ ਇੱਕ ਰਿਕਾਰਡ ਬਣਾਉਣਾ ਆਪਾਂ ਰਿਕਾਰਡ ਬਣਾਏ ਤੋਂ ਬਿਨਾ ਤੁਸੀਂ ਡੇਲੀ ਦਾ ਕਿੰਨਾ ਚਲਾਉਨੇ ਹੋ ਹਾਂਜੀ ਮੇਰਾ ਰੁਟੀਨ ਚ ਮੈਂ ਡੇਲੀ 100 ਕਿਲੋਮੀਟਰ ਡੇਲੀ ਚਲਾਉਣਾ ਹੀ ਚਲਾਉਣਾ ਚਾਹੇ ਮੀਂਹ ਆਵੇ ਨੇਰੀ ਆਵੇ ਕੁਛ ਹੋ ਜਾਈ ਤੇ ਉਹ ਮੈਂ ਤਕਰੀਬਨ ਚਲਾਉਣਾ ਹੀ ਚਲਾਉਣਾ ਹੀ ਤਕਰੀਬਨ ਹੁਣ ਤੱਕ ਮੈਂ ਲਗਾਤਾਰ 580 ਸੈਂਚਰੀਆਂ ਲਗਾਤਾਰ ਲਾ ਚੁੱਕੇ ਆ ਬਿਨਾ ਨਗਾ ਇੱਕ ਦਿਨ ਵੀ ਜੀ ਚਨਾਗਾ ਨਹੀਂ ਮਾਰੇ 580 ਦਿਨ ਹਾਂਜੀ ਨਹੀਂ ਕੁਛ ਆ ਜਿਵੇਂ ਮੈਂ ਕਈ ਵਾਰੀ ਸਵੇਰ ਵੀ ਸੈਂਚਰੀ ਲਾ ਲੈਂਦਾ ਈ ਸ਼ਾਮ ਨੂੰ ਵੀ ਲਾ ਲੈਂਦਾ ਸੀ ਦਿਨ ਮੇਰੇ ਘਟ ਹੋਏ ਆ ਸੈਂਚਰੀਆਂ ਜ਼ਿਆਦੇ ਹੋਈਆਂ ਆ ਅੱਛਾ ਮਤਲਬ ਕਿ ਸਵੇਰੇ ਵੀ 100 ਕਿਲੋਮੀਟਰ ਚਲਾ ਲਿਆ ਤੇ ਸ਼ਾਮ ਨੂੰ ਫੇਰ ਮੂੜ ਜਾ ਬਣਿਆ ਫੇਰ 100 ਕਿਲੋਮੀਟਰ ਫੇਰ ਕਰ ਲਿਆ ਇਸ ਕਰਕੇ ਦਿਨ ਘਟ ਹੈ ਸੈਂਚਰੀਆਂ ਜ਼ਿਆਦੇ ਆਏ ਭਾਈ ਇਹਦੇ ਲਈ ਫਿਰ ਕੋਈ ਵਿਸ਼ੇਸ਼ ਤਰ੍ਹਾਂ ਦੀ ਖੁਰਾਕ ਜਾਂ ਟ੍ਰੇਨਿੰਗ ਖੁਰਾਕ ਦਾ ਬਹੁਤ ਜ਼ਰੂਰੀ ਹੈ ਜੇ ਖੁਰਾਕ ਨਾ ਖਾਵਾਂਗੇ ਤਾਂ ਆਪਾਂ ਸਰੀਰਕ ਤੰਦਰੁਸਤੀ ਦੀ ਥਾਂ ਤੇ ਉਹ ਆਪਾਂ ਨੂੰ ਲਾਭ ਦੇਣ ਦੀ ਥਾਂ ਤੇ ਉਹ ਹਾਨੀ ਕਰੂਗੀ ਕਿਉਂਕਿ ਤੇ ਆਸੇ ਪ੍ਰੋਟੀਨ ਦੀ ਕਾਰਬੋਹਾਈਡਰੇਟਸ ਦੀ ਇਹਨਾਂ ਚੀਜ਼ਾਂ ਦੀ ਮਲਟੀਵਿਟਾਮਿਨਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਮੈਂ ਦਿਨ ਦੇ ਵਿੱਚ ਤਕਰੀਬਨ 2 ਕਿਲੋ ਦੇ ਕਰੀਬ ਮੇਰਾ ਤਕਰੀਬਨ ਡੇਲੀ ਦੁੱਧ ਮੈਂ ਪੀਣਾ ਪੀਣਾ ਪ੍ਰੋਟੀਨ ਕਾਰਬੋਹਾਈਡਰੇਟਸ ਮਲਟੀਵਿਟਾਮਿਨਸ ਇਹ ਤਕਰੀਬਨ ਸਾਰਾ ਕੁਝ ਲੈਣਾ ਹੈ अच्छा भाई फिर ਤੁਸੀਂ ਜਿੰਦਾ ਫਿੱਟ ਲੱਗ ਰਹੇ ਹੋ ਤੁਸੀਂ ਕਿੰਨੂ ਮੈਂ ਖਰਾਕ ਬਹੁਤ ਖਾਣੇ ਆ ਪ੍ਰੋਟੀਨਸ ਵਾਲੀ ਖਰਾਕ ਤੁਸੀਂ ਖਾਣੇ ਹੋ ਪਰ ਤੁਹਾਡਾ ਸਰੀਰ ਬਿਲਕੁਲ ਫਿੱਟ ਹੈ ਇਹਦੇ ਲਈ ਤੁਸੀਂ ਕੋਈ ਜਿਮ ਵਗੈਰਾ ਵਿੱਚੋਂ ਟ੍ਰੇਨਿੰਗ ਕਰਦੇ ਹੋ ਜਾਂ ਕਲਾ ਸਾਈਕਲ ਹੀ ਆ ਵੈਸੇ ਸਾਈਕਲਿੰਗ ਲਈ ਵੀ ਜਿਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਮੈਂ ਨਾਲ ਦੀ ਨਾਲ ਜੌਬ ਕਰਦਾ ਹੋਣ ਕਰਕੇ ਮੇਰੇ ਕੋਲ ਇੰਨਾ ਸਮਾਂ ਨਹੀਂ ਬਚਦਾ ਵੀ ਮੈਂ ਜਿਮ 'ਚ ਵੀ ਜਾਵਾਂ ਅੱਛਾ ਤੇ ਇਸ ਕਰਕੇ ਤਕਰੀਬਨ ਮੇਰਾ ਸਾਈਕਲਿੰਗ ਤੇ ਹੀ ਜ਼ੋਰ ਆ ਵੀ ਸਵੇਰ ਜਿਵੇਂ ਉੱਠਦਾ ਕਿ ਮੈਂ ਤਕਰੀਬਨ 2 ਵਜੇ ਉੱਠ ਕੇ ਰਾਤ ਨੂੰ ਜਿਵੇਂ 1:30 ਵਜੇ ਉੱਠਦਾ ਹੀ 2 ਵਜੇ ਸਾਈਕਲਿੰਗ ਸ਼ੁਰੂ 7 ਵਜੇ ਵਾਪਸ ਆ ਕੇ 7 ਵਜੇ ਤੋਂ ਬਾਅਦ ਤਿਆਰ ਹੋ ਕੇ ਆਪਣਾ ਸਕੂਲ ਜਾਂਦਾ ਸੀ ਗਈ ਆ ਕੇ 2:30 ਵਜੇ ਚਲੋ ਰੈਸਟ ਕਰ ਲੈਣੀ ਪਰ ਹੁਣ ਆ ਪਿਛਲੇ ਕੁਝ ਸਮੇਂ ਤੋਂ ਲੁੱਟਖੋਹਾਂ ਬਹੁਤ ਜ਼ਿਆਦਾ ਹੋ ਰਹੀਆਂ ਮੇਰੇ ਘਰ ਦੇ ਵੀ ਔਰ ਮੇਰੇ ਫਰੈਂਡ ਸਰਕਲ ਵਾਲੇ ਵੀ ਕਹਿੰਦੇ ਵੀ ਯਾਰ ਤੂੰ ਰਾਤ ਨੂੰ ਨਾ ਨਿਕਲਿਆ ਕਰ ਵੀ ਖਤਰਾ ਬਹੁਤ ਜ਼ਿਆਦਾ ਉਹਨਾਂ ਨੇ ਲੁੱਟਖੋਹ ਦਾ ਕਰਨੀ ਕਰਨੀਆਂ ਨਾਲ ਕੋਲ ਮੈਂ ਤੁਹਾਡੇ ਕੋਲ ਹੀ ਪੁੱਛਣ ਵਾਲਾ ਸੀ ਵੀ ਹੁਣ ਤੁਸੀਂ 100 ਕਿਲੋਮੀਟਰ ਚੱਲਦੇ ਹੋ ਕਈ ਵਾਰ 200 ਕਿਲੋਮੀਟਰ ਵੀ ਚਲਾ ਦਿੱਲੀ ਚਲਾ ਲੈਨੇ ਹਾਂ ਉਹਦੇ ਵਿੱਚ ਫਿਰ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਸਰੀਰਕ ਤੌਰ ਦੇ ਉੱਤੇ ਇੱਕ ਤਾਂ ਸਮੱਸਿਆਵਾਂ ਹੁੰਦੀਆਂ ਦੂਜੀਆਂ ਮੈਂਟਲੀ ਕਿਹੜੇ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਬਹੁਤ ਸਮੱਸਿਆ ਇਹੀ ਹੁੰਦੀ ਹੈ ਵੀ ਜਿਵੇਂ ਸਕੂਲ ਵੀ ਜਾਣਾ ਘਰ ਦੇ ਕੰਮ ਵੀ ਕਰਨੇ ਆ 100 ਕਿਲੋਮੀਟਰ ਵੀ ਲਾਉਣੀ ਆ ਕਈ ਵਾਰੀ ਹੁੰਦਾ ਵੀ ਕਿਸੇ ਰਿਸ਼ਤੇਦਾਰੀ 'ਚ ਵੀ ਜਾਣਾ ਉਹ ਫਿਰ ਟਾਈਮ ਕੱਢਣਾ ਪੈਂਦਾ ਵੀ ਕਈ ਵਾਰੀ ਅਖਰਜ ਕਰੋ ਕੱਲ ਨੂੰ ਹੀ ਰਿਸ਼ਤੇਦਾਰੀ 'ਚ ਜਾਣਾ 6 ਵਜੇ ਤੁਰਨਾ ਸਵੇਰ ਫਿਰ ਮੈਨੂੰ ਇਹ ਹੁੰਦਾ ਵੀ ਰਾਤ ਨੂੰ 12 ਵਜੇ ਚੱਲ ਪੋ ਪੰਜ ਸਾਢੇ ਪੰਜ ਤੱਕ ਲਾ ਕੇ 100 ਕਿਲੋਮੀਟਰ ਆ ਜਾਈਓ ਤੇ ਆ ਰੋ ਕੇ ਚਲੇ ਜਾਓ ਇਸੇ ਤਰ੍ਹਾਂ ਸਕੂਲ ਦਾ ਵੀ ਸੀਗਾ ਹੁਣ ਮੈਂ ਸਕੂਲੋਂ ਆ ਕੇ ਤਕਰੀਬਨ 2 ਵਜੇ ਸਕੂਲੋਂ ਆਉਣਾ ਹੀ 2:30 3 ਵਜੇ ਫਿਰ ਮੈਂ ਤਿਆਰ ਹੋ ਕੇ ਸਾਈਕਲ ਚੱਕ ਲੈਣਾ ਤੇ 100 ਕਿਲੋਮੀਟਰ ਲਾ ਕੇ 8:30 9 ਵਜੇ ਤੱਕ ਮੈਂ ਘਰ ਆ ਜਾਈਂ ਤੇ ਬਾਹਰ ਰਸਤੇ ਉਸਦਾਰੀਆਂ ਦੇ ਵਿੱਚ ਕਿਵੇਂ ਕਰ ਦਿਆਂ ਆਪਦੀ ਪਰਪੇ ਤਰੀਕੇ ਚ ਕਿਵੇਂ ਵਰਤਦੇ ਹਾਂ ਫਿਰ ਤਕਰੀਬਨ ਨੇੜੇ ਤੇੜੇ 50 100 ਕਿਲੋਮੀਟਰ ਚ ਮੈਂ ਤਕਰੀਬਨ ਸਾਈਕਲ ਤੇ ਚੱਲੇ ਆਉਣਾ ਨਾਲ ਨਾ ਮਿਸੇ ਨੂੰ ਤੇ ਬੱਚਿਆਂ ਨੂੰ ਕਹਿਣਾ ਕਿ ਉਹ ਗੱਡੀ ਲੈ ਕੇ ਆ ਜਾਂਦੇ ਆਈ ਮੈਂ ਤਕਰੀਬਨ 5 ਸਾਈਕਲ ਦੀ ਚੱਲੀਦਾ ਹਾਂਜੀ ਹਾਂ ਨਾਣੇ ਤਾਂ ਪ੍ਰੈਕਟਿਸ ਦੀ ਪ੍ਰੈਕਟਿਸ ਹੋ ਗਈ ਬਿਲਕੁਲ ਬਿਲਕੁਲ ਹੁਣ ਸੋਨੇ ਤੇ ਆ ਦੋਨੇ ਗੱਲਾਂ ਹੋ ਗਈਆਂ ਹਾਂਜੀ ਹਾਂਜੀ ਹਾਂ ਅੱਛਾ 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 ਭਾਈ ਜਿਹੜੇ ਆ ਸਾਈਕਲ ਹੈ ਇਹਦੇ ਨਾਲ ਨਾਲ ਜਿਹੜਾ ਤੁਹਾਡਾ ਸਰੀਰ ਦਾ ਜਿਵੇਂ ਇਹ ਤੁਹਾਡਾ ਹੈਲਮਟ ਹੈ ਇਹ ਵੀ ਵਿਸ਼ੇਸ਼ ਪ੍ਰਕਾਰ ਦਾ ਹੁੰਦਾ ਇਹ ਇਹਦੇ ਬਾਰੇ ਦੱਸੂਗਾ ਥੋੜਾ ਜਿਹਾ ਹਾਂਜੀ ਇਹ ਸਾਈਕਲਿੰਗ ਵਾਸਤੇ ਸਪੈਸ਼ਲੀ ਆਉਂਦੇ ਆ ਵੀ ਤਕਰੀਬਨ 500 ਤੋਂ ਲੈ ਕੇ 5000 10000 ਕੀਮਤ ਤੱਕ ਦੇ ਪਏ ਆ ਇਹ ਹੈਲਮਟ ਹਾਂਜੀ ਇਹ ਹੈਲਮਟ ਹੈ ਜਿਹੜਾ ਮੇਰਾ ਇੱਕ ਦੋਸਤ ਹੈ ਕੇਰਲਾ ਤੋਂ ਹੀ ਤੇ ਇਹ ਸੈਮਸਨ ਉਹਨਾਂ ਦਾ ਨਾਮ ਹੀ ਅੱਛਾ ਉਹਨਾਂ ਨੇ ਮੈਨੂੰ ਗਿਫਟ ਭੇਜਿਆ ਸੀ ਕੇਰਲਾ ਤੋਂ ਹੀ ਇਹ ਤਕਰੀਬਨ ਇਸ ਦੀ ਕੀਮਤ 5000 ਦੇ ਕਰੀਬ ਹੈਗੀ ਹੈ ਇਹ ਹੈਲਮਟ 5000 ਦਾ ਹਾਂਜੀ ਹਾਂਜੀ ਓਕੇ 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 ਤੇ ਫਿਰ ਜਿਹੜਾ ਜਿਵੇਂ ਹੁਣ ਆਹ ਲਾਈਟ ਲੱਗੀ ਹੋਈ ਹੈ ਜਾਂ ਇਹਦੇ ਅਛਾ ਜਿਹੜੇ ਟਾਇਰ ਇਹਦੇ ਆ ਟਾਇਰ ਹੁੰਦੇ ਆ ਇਹ ਆਮ ਸਾਈਕਲ ਨਾਲੋਂ ਕੁਝ ਵੱਖਰੇ ਹੁੰਦੇ ਆ ਹਾਂਜੀ ਆਮ ਸਾਈਕਲ ਦੇ ਜਿਹੜੇ ਤਕਰੀਬਨ ਟਾਇਰ ਮੋਟੇ ਹੁੰਦੇ ਆ ਇਹਨਾਂ ਦੇ ਟਾਇਰ ਥੋੜੇ ਜਿਹਾ ਪਤਲੇ ਆ ਇਹ ਥੋੜਾ ਜਿਹਾ ਸਪੀਡ ਨਾਲ ਭਜਦੇ ਉਹਨਾਂ ਤੋਂ ਜੋਰ ਘੱਟ ਲਵਾਉਂਦੇ ਆ ਆਮ ਸਾਈਕਲ ਤੋਂ ਪਤਲੇ ਹੁਣ ਕਰ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਫਿਰ ਅੱਗੇ ਜਿਹੜੀਆਂ ਹੈਗੀਆਂ ਨੇ ਭਵਿੱਖ ਦੀਆਂ ਕੀ ਤੁਹਾਡੀਆਂ ਯੋਜਨਾਵਾਂ ਨੇ ਸਾਈਕਲਿੰਗ ਦੇ ਪ੍ਰਤੀ ਹਾਂਜੀ ਸਾਈਕਲਿੰਗ ਦਾ ਕੋਸ਼ਿਸ਼ ਇਹੀ ਕਰਾਂਗੇ ਵੀ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਹੋ ਗਿਆ ਕੋਸ਼ਿਸ਼ ਕਰਾਂਗੇ ਅੱਗੇ ਜੇ ਗਿਨੀਜ਼ ਬੁੱਕ ਆਫ ਰਿਕਾਰਡਸ ਦੇ ਵਿੱਚ ਨਾਮ ਦਰਜ ਹੋ ਗਿਆ ਤਾਂ ਕੋਸ਼ਿਸ਼ ਕਰਾਂਗੇ ਵੀ ਕੋੜਕ ਪੂਰੇ ਫਰੀਦਕੋਟ ਦਾ ਪੰਜਾਬ ਦਾ ਇੰਡੀਆ ਦਾ ਜਿਹੜਾ ਨਾਮ ਉਹ ਵਰਲਡ ਲੈਵਲ ਤੇ ਜਿਹੜਾ ਰੋਸ਼ਨ ਕਰੀਏ ਤੇ ਜਿਹੜੀ ਗਨੀਜ਼ ਬੁੱਕ ਉਹ ਵਰਲਡ ਰਿਕਾਰਡ ਹੈ ਉਹਦੇ ਵਿੱਚ ਜਿਹੜਾ ਹੈ ਤੁਹਾਨੂੰ ਨਾਮ ਸ਼ਾਮਿਲ ਕਰਵਾਉਣ ਦੇ ਲਈ ਕੀ ਕਰਨਾ ਪਏਗਾ ਉਹਦੇ ਲਈ ਉਹਨਾਂ ਦੇ ਪ੍ਰੋਸੀਜਰ ਹੁੰਦੇ ਵੀ ਜੋ ਵੀ ਮੈਂ ਰਿਕਾਰਡ ਬਣਿਆ ਹੈ ਉਹਨਾਂ ਦੀਆਂ ਸਾਰੀਆਂ ਤਕਰੀਬਨ ਬਾਇਓ ਡਾਟਾ ਉਹਨਾਂ ਨੂੰ ਸੈਂਡ ਕਰਾਂਗੇ ਫਿਰ ਉਹਨਾਂ ਲਈਓ ਵਾਪਸੀ ਜਿਹੜਾ ਆਨਸਰ ਆਊਗਾ ਫਿਰ ਉਸ ਵਾਰ ਫੀਸ ਭਰਨੀ ਪੈਂਦੀ ਉਹਨਾਂ ਦੀ ਤਕਰੀਬਨ ਲੱਖ ਦੇ ਆਸ-ਪਾਸੇ ਫੀਸ ਹੋਊਗੀ ਕਿੰਨੀ ਦੀ ਬੁੱਕਾ 'ਤੇ ਫਿਰ ਜੇ ਉਹਨਾਂ ਨੂੰ ਲੱਗਦਾ ਵੀ ਵਾਕਈ ਜੈਨੂਨ ਹੈਗਾ ਤਾਉ ਐਕਸੈਪਟ ਕਰਕੇ ਆਪਣਾ ਨਾਮ ਉਹਨਾਂ ਵਿੱਚ ਦਰਜ ਕਰ ਦੇਣਗੇ। ਅੱਛਾ ਅੱਛਾ ਅੱਛਾ। ਅੱਛਾ ਭਾਈ ਚਲੋ ਜਿਹੜੀ ਹੈਗੀ ਇਹ ਆਪਾਂ ਗੱਲਬਾਤਾਂ ਨਾਲ ਨਾਲ ਕਰ ਲਈ ਪਰ ਇੱਕ ਮੈਨੂੰ ਗੱਲ ਹੋਰ ਸਮਝਾਓ। ਇਹ ਖਾਸ ਕਰਨਾ ਆਮ ਦਰਸ਼ਕਾਂ ਲਈ ਇਹ ਗੱਲ ਬਹੁਤ ਜ਼ਰੂਰੀ ਹੈ। ਇੱਕ ਤਾਂ ਤੁਸੀਂ ਸਾਈਕਲ ਚਲਾਉਣੀ ਉਹ ਵੀ ਇਦਾਂ ਰਿਕਾਰਡ ਬਣ ਗਿਆ। ਹਾਂਜੀ। ਇੱਕ ਰੇਸਿੰਗ ਸਾਈਕਲ ਰੇਸਿੰਗ ਹੁੰਦੀ ਹੈ। ਬਿਲਕੁਲ। ਉਹ ਇੱਕ ਵੱਖਰੀ ਤਰ੍ਹਾਂ ਦੀ ਹੁੰਦੀ ਹੈ। ਤੁਸੀਂ ਸਾਨੂੰ ਇਹਨਾਂ ਦੋਨਾਂ 'ਚ ਫਰਕ ਸਮਝਾਓ। ਇਹ ਜਿਹੜਾ ਆਪਣਾ ਰੋਡ ਤੇ ਚੱਲ ਰਿਹਾ ਸਾਈਕਲ ਇਹ ਤਕਰੀਬਨ ਸਟਰਾਵਾ ਤੇ ਔਨ ਰਿਕਾਰਡ ਹੁੰਦਾ ਹੈ ਫਿਰ ਜੇਕਰ ਉਹ ਮੈਂ ਘਰੋਂ ਚੱਲਿਆ ਹੀ ਇਹਨੂੰ ਸਟਾਰਟ ਕਰ ਲਿਆ 100 ਕਿਲੋਮੀਟਰ ਲਾਈ 100 ਕਿਲੋਮੀਟਰ ਲਾਉਣ ਤੋਂ ਬਾਅਦ ਇਹਨੂੰ ਸਟਾਪ ਕਰ ਲਿਆ ਉਸ ਸੇਵ ਕਰਤਾ ਹੈ ਉਹ ਆਪਣੇ ਆਪ ਹੀ ਕਲਬਸ ਦੇ ਕੋਲੇ ਜਾਂ ਸਟਰਾਵਾ ਵਾਲਿਆਂ ਕੋਲੇ ਪਹੁੰਚ ਜਾਂਦਾ ਵੀ ਇਹਨਾਂ ਇੰਨੇ ਕਿਲੋਮੀਟਰ ਹੋ ਗਏ ਇੱਕ ਆਪਣੇ ਕੰਪੀਟੀਸ਼ਨ ਹੁੰਦੇ ਸਕੂਲ ਲੈਵਲ ਦੇ ਕਾਲਜ ਲੈਵਲ ਦੇ ਤੇ ਓਪਨ ਵੀ ਉਹਦੇ ਚ ਇਹ ਹੁੰਦਾ ਵੀ ਇੱਕ ਲਾਈਨ ਤੇ ਚਾਹੇ 100 ਸਾਈਕਲਿਸਟਾ 200 ਆ 1000 ਆ ਜਿੰਨੇ ਵੀ ਹੈ ਉਹ ਇੱਕ ਲਾਈਨ ਤੇ ਖੜਾ ਦਿੰਦੇ ਆ ਸਭ ਨੂੰ ਇੱਕ ਲਾਈਨ ਤੋਂ ਸਟਾਰਟ ਦੇਣਾ ਉਹਨਾਂ ਨੇ ਸਾਰੇ ਇਕੱਠੇ ਜਾਣਗੇ ਕੱਥੇ ਆ ਕੇ ਇੱਕ ਜਗ੍ਹਾ ਤੇ ਉਹਨਾਂ ਨੇ ਫਿਨਿਸ਼ ਕਰਨੀ ਆ ਉਹ ਲੱਗਦਾ ਆਮ ਰੇਸ ਹੁੰਦੀ ਉਹਦੇ ਵਾਂਗ ਹਾਂਜੀ ਹਾਂਜੀ ਉਹ ਰੇਸ ਹੁੰਦੀ ਆਲੱਗ ਅੱਛਾ ਉਹਦੇ ਉਹਦੇ ਵੱਲ ਕਿਤੇ ਤੁਹਾਡਾ ਧਿਆਨ ਨਹੀਂ ਗਿਆ ਵੀ ਹੁਣ ਉਹ ਵੀ ਕਰਨਾ ਚਾਹੀਦਾ ਉਹ ਤਕਰੀਬਨ ਜ਼ਿਆਦਾ ਯੰਗਸਟਰ ਲਈ ਹੁੰਦਾ ਮੇਰੀ ਏਜ ਤਕਰੀਬਨ ਹੁਣ 46 ਸਾਲ ਹੋ ਗਈ ਹੈ ਜੇ ਇਸ ਤਰ੍ਹਾਂ ਦਾ ਕੋਈ ਕੰਪੀਟੀਸ਼ਨ ਹੁੰਦਾ ਵੀ 45 ਪਲੱਸ ਕੇ ਤੇ ਹੋਊਗਾ ਤੇ ਉਹ ਕੰਪੀਟੀਸ਼ਨ ਜ਼ਰੂਰ ਲੜਾਂਗੇ ਅੱਛਾ ਅੱਛਾ ਕਿਉਂਕਿ ਯੰਗ ਮੁੰਡਿਆਂ ਨਾਲ ਤੇ ਜਿਹੜਾ 45-40 ਜੀ ਦੇ ਵਿੱਚ ਜਦੋਂ ਆਏ ਨੇ ਤਕਰੀਬਨ ਰਿਕਵਰੀ ਰੇਟ ਬਹੁਤ ਘੱਟ ਜਾਂਦਾ ਪਾਵਰ ਹੈ ਜਿਹੜੀ ਬਹੁਤ ਫਰਕ ਪੈ ਜਾਂਦਾ ਹਾਂ ਤੇ ਉਹਨਾਂ ਨਾਲ ਆਪਾਂ ਕੰਪੀਟੀਸ਼ਨ ਨਹੀਂ ਕਰ ਸਕਦੇ ਇਸ ਕਰਕੇ ਜੇਕਰ 45 ਪਲੱਸ ਦਾ ਹੋਊਗਾ ਉਹ ਜ਼ਰੂਰ ਕੰਪੀਟੀਸ਼ਨ ਕਰਾਂਗੇ ਚਲੋ ਭਾਈ ਲਾਸਟ ਸਵਾਲ ਆ ਮੇਰਾ ਇੰਡੀਆ ਦੇ ਵਿੱਚ ਜਿਹੜੀ ਸਾਈਕਲਿੰਗ ਦਾ ਹੈਗਾ ਉਹ ਉਹਨਾਂ ਰੁਝਾਨ ਨਹੀਂ ਹੈ ਬਿਲਕੁਲ ਹੈਨਾ ਤੇ ਉਹਦਾ ਤੁਸੀਂ ਕੀ ਕਾਰਨ ਮੰਨਦੇ ਹੋ ਵੀ ਸਰਕਾਰਾਂ ਦੀ ਜਿਹੜੀ ਬੇਰੁਖੀ ਆ ਉਹਦਾ ਉਹ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ ਬਿਲਕੁਲ ਤੁਸੀਂ ਸਹੀ ਕਿਹਾ ਵੀ ਇਹ ਸਰਕਾਰਾਂ ਦੀ ਬੇਰੁਖੀ ਹੈ ਵੀ ਜਿਹੜਾ ਆਪਾਂ ਨੂੰ ਜਿਹੜਾ ਵੀ ਸਪੋਰਟਸ ਦਾ ਚਾਹੇ ਸਾਈਕਲਿੰਗ ਆ ਚਾਹੇ ਐਥਲੈਟਿਕਸ ਆ ਛਾਕੀ ਆ ਜਾਂ ਕੋਈ ਵੀ ਗੇਮ ਲਾ ਲੈਣੇ ਹੈ ਇਹ ਸਰਕਾਰਾਂ ਦੀ ਬੇਰੁਖੀ ਹੈ ਵੀ ਜੇ ਆਪ ਕੋਈ ਨੈਸ਼ਨਲ ਲੈਵਲ ਤੇ 골ਡ ਮੈਡਲ ਲੈ ਕੇ ਆਉਂਦਾ ਸਿਰ ਉਹਨਾਂ ਨੂੰ ਤਕਰੀਬਨ ਮੈਂ ਤਾਂ ਚਾਹੁੰਦਾ ਵੀ ਹਰੇਕ ਨੂੰ ਜਿਹੜੀ ਉਹ ਜੌਬ ਮਿਲਣੀ ਚਾਹੀਦੀ ਹੈ ਪਰ ਮੈਂ ਬਹੁਤ ਆਸ-ਪਾਸੇ ਵੇਖਦਾ ਵੀ ਨੈਸ਼ਨਲ ਖੇਡੇ ਹੋਏ ਪਲੇਅਰ ਆ ਜਿਹੜੇ ਉਹ ਜਦੋਂ ਵਿਹਲੇ ਮੈਂ ਉਹਨਾਂ ਨੂੰ ਵੇਖਦਾ ਵੀ ਤੁਰੇ ਫਿਰਦੇ ਆ ਮਨ ਬਹੁਤ ਦੁਖੀ ਹੁੰਦਾ ਹੈ ਇਨਾਂ ਨੂੰ ਜਿਹੜਾ ਵੀ ਹਰੇਕ ਨੂੰ ਜੌਬ ਜ਼ਰੂਰ ਮਿਲਣੀ ਚਾਹੀਦੀ ਹੈ ਜਿਹੜਾ ਨੈਸ਼ਨਲ ਲੈਵਲ ਤੇ 골ਡ ਮੈਡਲਿਸਟਰ ਸਿਲਵਰ ਚਾਹੇ ব্রੌਂਜ਼ ਮੈਡਲ ਹੈ ਅੱਛਾ ਭਾਈ ਤੁਸੀਂ ਨੈਸ਼ਨਲ ਰਿਕਾਰਡ ਵੀ ਬਣਾਇਆ ਇੰਡੀਆ ਬਕ ਆਫ ਰਿਕਾਰਡ ਫਿਰ ਇੰਟਰਨੈਸ਼ਨਲ ਬਕ ਆਫ ਰਿਕਾਰਡ ਤੁਹਾਡਾ ਨਾਮ ਹੈ ਹਨਾ ਕੋਈ ਸਰਕਾਰ ਦੇ ਵੱਲੋਂ ਮਾਨ ਸਨਮਾਨ ਮਿਲਿਆ ਕੋਈ ਹਾਂਜੀ ਮਾਨ ਸਨਮਾਨ ਕਲੱਬਾਂ ਵਾਲਿਆਂ ਨੂੰ ਸਰਕਾਰਾਂ ਨੂੰ ਜ਼ਰੂਰ ਮਿਲੇ ਆਈ ਪਰ ਅਜੇ ਤਾਂ ਮਿਲਿਆ ਉਹਦੇ ਵਿੱਚ ਕੀ ਮਿਲਦਾ ਅਜੇ ਸਨਮਾਨ ਪੱਤਰ ਜਿਸ ਤਰ੍ਹਾਂ ਹੁੰਦੇ ਆ ਜਾਂ ਸ਼ੀਲਡਾਂ ਹੋ ਗਈਆਂ ਜਿਵੇਂ ਮੋਮੈਂਟੋਜ਼ ਹੋ ਗਏ ਅੱਛਾ ਇਸ ਤਰ੍ਹਾਂ ਦੇ ਕੋਈ ਆਰਥਿਕ ਪੱਖੋਂ ਕੁਝ ਮਿਲਿਆ ਆਰਥਿਕ ਪੱਖੋਂ ਕਿ ਕਿਸੇ ਨੇ ਕਿਹਾ ਯਾਰ ਹੁਣ ਤੇਰਾ ਸਾਈਕਲ ਜਿਹੜਾ ਪੁਰਾਣਾ ਹੋ ਗਿਆ ਜਾਂ ਤੂੰ 18000 ਦਾ ਲਈ ਫਿਰਦਾ ਤੇ ਤੈਨੂੰ ਅਸੀਂ ਕੋਈ 60 70 ਲੱਖ ਰੁਪਈਆ ਵਾਲਾ ਸਾਈਕਲ ਦਵਾ ਦਿੰਨੇ ਆ ਇਦਾਂ ਦਾ ਕੁਝ ਕੋਈ ਆਰਥਿਕ ਪੱਖੋਂ ਹੋਈ ਜਾਂ ਉਹ ਬਸ ਇੱਕ ਸਰਟੀਫਿਕੇਟ ਦੇ ਕੇ ਤੋਰਤਾ ਉਦਾਂ ਹੀ ਚੱਲਦਾ ਨਹੀਂ ਅਜੇ ਫਿਲਹਾਲ ਇਸ ਤਰ੍ਹਾਂ ਦਾ ਕੁਝ ਨਹੀਂਗਾ ਵੀ ਬਸ ਸਰਟੀਫਿਕੇਟ ਜਾਂ ਮੋਮੈਂਟਲਸ ਵਗੈਰਾ ਵੀ ਇਹਨਾਂ ਮਾਨ ਸਨਮਾਨ ਬਹੁਤ ਹੋ ਰਿਹਾ ਜੀ ਅੱਜ ਵੀ ਮੇਰਾ ਤਕਰੀਬਨ ਅੰਮ੍ਰਿਤਸਰ ਦੇ ਕਲੱਬ ਹੈਗੀ ਹੈ ਜੀ ਅੰਮ੍ਰਿਤਸਰ ਐਥਲੈਟਿਕਸ ਕਲੱਬ ਉਹਨਾਂ ਨੇ ਬੁਲਾਇਆ ਸੀ ਮੈਨੂੰ ਵੀ ਤੁਹਾਡਾ ਸਪੈਸ਼ਲ ਹੈ ਅੱਜ ਸਪੋਰਟਸ ਡੇ ਹੈਗਾ ਵੀ ਤੁਹਾਨੂੰ ਸਨਮਾਨਤ ਕਰਨਾ ਪਰ ਮੇਰੀ ਅੱਜ ਬੈਂਕ ਦਾ ਪੇਪਰ ਹੋ ਰਿਹਾ ਸੀਗਾ ਕਲਰਕ ਕਮ ਡਾਟਾ ਐਂਟਰੀ ਦਾ ਮੈਰੀ ਉੱਥੇ ਡਿਊਟੀ ਲੱਗੀ ਹੋਈ ਸੀ ਉਹ ਡਿਊਟੀ ਕੱਟੀ ਨਹੀਂ ਗਈ ਇਸ ਕਰਕੇ ਮੈਥੋਂ ਉੱਥੇ ਜਾਇਆ ਨਹੀਂ ਗਿਆ ਅੱਛਾ ਭਾਈ ਮੇਰੇ ਮਨ 'ਚ ਇੱਕ ਹੋਰ ਸਵਾਲ ਆ ਰਿਹਾ ਸੀ ਤੁਸੀਂ ਤਾਂ ਮਦਰ ਕੋਈ ਜੌਬ ਕਰਦੇ ਹੋ ਹਾਂਜੀ ਤੁਸੀਂ ਟੀਚਰ ਲੱਗੇ ਹੋਏ ਹੋ ਨਾ ਸਰਕਾਰੀ ਜੌਬ ਆ ਤੁਹਾਡੀ ਜੇ ਕੋਈ ਆਮ ਬੰਦਾ ਸੋਚੇ ਵੀ ਮੈਂ ਇਹ ਰਿਕਾਰਡ ਬਣਾਉਣਾ ਇਹ ਇੰਡੀਆ ਬੋਕ ਕੋਰ ਰਿਕਾਰਡ ਵਿੱਚ ਮੈਂ ਮੰਨ ਲਓ ਤੁਹਾਡਾ ਰਿਕਾਰਡ ਹੀ ਤੋੜਨਾ ਹੈ ਇਦਾਂ ਕੋਈ ਸੋਚ ਲੈ ਤੇ ਕੰਮਕਾਰ ਕੋਈ ਹੋਵੇ ਨਾ ਮੈਨੂੰ ਲੱਗਦਾ ਵੀ ਉਹਦਾ ਸੁਪਨਾ ਤਾਂ ਨਹੀਂ ਇਹ ਪੂਰਾ ਹੋਣਾ ਹਨਾ ਨਹੀਂ ਜੇ ਬੰਦਾ ਦ੍ਰਿੜ ਇਰਾਦਾ ਕਰ ਲੇ ਵੀ ਮੈਂ ਕਰਨਾ ਹੀ ਕਰਨਾ ਹੈ ਉਹਦੇ ਆਸੇ ਕੋਈ ਵੀ ਚੀਜ਼ ਔਖੀ ਨਹੀਂ ਉਹਦੇ ਕੋਲੇ ਚਾਹੇ ਪੈਸਾ ਹੋਵੇ ਚਾਹੇ ਆਰਥਿਕ ਵਖਤ ਤੂੰ ਕਹਿ ਰਿਹਾ ਸੀ ਆਰਥਿਕ ਵਖਤ ਦੇ ਕੋਈ ਨਾ ਕੋਈ ਜ਼ਰੂਰ ਆਪਣੀ ਮਦਦ ਕਰਨ ਵਾਲਾ ਮਿਲ ਜਾਂਦਾ ਹੈ ਮੈਂ ਇੱਥੇ ਆਪਣੇ ਇੱਕ ਉਦਾਹਰਨ ਦਊਂਗਾ ਆਪਣੇ ਮੁਕਤ ਜ਼ਿਲ੍ਹੇ ਦੇ ਹੈ ਬਵੇਜਾ ਬ੍ਰਦਰਸ ਸੁਮੇਲ ਤੇ ਰੋਹਿਤ ਬ੍ਰਦਰਸ ਭਵੇ ਜਾਈ ਉਹਨਾਂ ਕੋਲੇ ਸਿੰਪਲ ਸਾਈਕਲ ਦਾ 35 3600 ਵਾਲਾ ਹੀਰੋ ਜੈਟ ਹੈ ਅੱਛਾ ਉਹ ਤਕਰੀਬਨ ਉਸੇ ਸਾਈਕਲ ਦੀ ਉਹਨਾਂ ਨੇ 200 ਕਿਲੋਮੀਟਰ 300 ਕਿਲੋਮੀਟਰ 400 ਤੇ 600 ਦੀ ਹੁੰਦੀ ਹੈ ਆਪਣੀ ਐਸਐਫ ਸੀਰੀਜ਼ ਜਿਨ੍ਹਾਂ ਕੋਲੇ 2-2 ਲੱਖ ਦੇ ਸਾਈਕਲ ਆਏ ਉਹ ਉਹਨਾਂ ਤੋਂ ਪਹਿਲਾਂ ਲਾ ਗਏ ਉਹ ਉਹ ਜੋ ਤਕਰੀਬਨ ਸਾਰੇ ਹਾਲ ਇੰਡੀਆ ਦੇ ਜਿੰਨੇ ਵੀ ਸਾਈਕਲਿਸਟ ਆ ਉਹਨਾਂ ਵਾਸਤੇ ਮਾਨਣ ਵਾਲੀ ਗੱਲ ਹੈ ਵੀ ਉਹਨਾਂ ਨੇ ਉਹ ਸਿੰਪਲ ਸਾਈਕਲ ਦੀ ਉਹ ਸੀਰੀਜ਼ ਪੂਰੀ ਕੀਤੀ 100 ਵਾਲੇ ਸਾਈਕਲ ਤੇ ਹਾਂਜੀ ਹਾਂਜੀ 3500 ਵਾਲੇ ਸਾਈਕਲ ਤੇ ਉਹਨਾਂ ਨੇ 2-2 ਲੱਖ ਵਾਲੇ ਸਾਈਕਲਾਂ ਨੂੰ ਕੱਟਿਆ ਹੋਇਆ ਹੈ ਅੱਛਾ ਵੀ ਜੇ ਤੁਹਾਡਾ ਦ੍ਰਿੜ ਇਰਾਦਾ ਹੈ ਤੁਸੀਂ ਕੁਝ ਵੀ ਕਰ ਸਕਦੇ ਹੋ ਠੀਕ ਠੀਕ ਐ ਸੋਭਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਨਾ ਬਹੁਤ ਵਧੀਆ ਲੱਗਿਆ ਤੇ ਉਮ ਆਸ ਹੈ ਇੱਕ ਇਹ ਭਰੋਸਾ ਵੀ ਜਿਵੇਂ ਤੁਹਾਡਾ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਜਾਂ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਹੋਇਆ ਅਸੀਂ ਆਸ ਕਰਦੇ ਹਾਂ ਵੀ ਜਲਦੀ ਤੁਹਾਡਾ ਜਿਹੜਾ ਨਾਮ ਹੈ ਉਹ ਗਨੀਜ਼ ਬੁੱਕ ਆਫ वर्ल्ड ਰਿਕਾਰਡ ਦੇ ਵਿੱਚ ਵੀ ਨਾਮ ਜਿਹੜਾ ਤੁਹਾਡਾ ਸ਼ਾਮਲ ਹੋਵੇਗਾ ਉਹਦੇ ਲਈ ਅਸੀਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਹਾਂ ਤੇ ਤੁਹਾਡੀ ਦ੍ਰਿੜਤਾ ਤੁਹਾਡੀ ਇਸ ਸਵੈ ਭਰੋਸੇ ਤੇ ਸਾਨੂੰ ਇਸ ਗੱਲ ਦਾ ਵੀ ਹੈਗਾ ਮਾਣ ਵੀ ਤੁਸੀਂ ਇਹ ਜ਼ਰੂਰ ਕਰੋਗੇ ਹਨ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਸਾਨੂੰ ਸਮਾਂ ਦਿੱਤਾ ਕੋ ਦਰਸ਼ਕਾਂ ਲਈ ਤੁਸੀਂ ਆਮ ਲੋਕਾਂ ਲਈ ਕੀ ਕਹਿਣਾ ਚਾਹੋਗੇ ਬਾ ਆਮ ਲੋਕਾਂ ਅਸੇ ਇਹੀ ਕਹਿਣਾ ਚਾਹਾਂਗੇ ਵੀ ਅੱਜ ਕੱਲ ਜਿਵੇਂ ਨਸ਼ਿਆਂ ਦਾ ਰੁਝਾਨ ਬਹੁਤ ਜ਼ਿਆਦਾ ਵਧ ਰਿਹਾ ਹੈ ਨਸ਼ਿਆਂ ਨੂੰ ਛੱਡ ਕੇ ਸਾਈਕਲਿੰਗ ਕਰੋ ਐਥਲੈਟਿਕਸ ਕਰੋ ਰੇਸ ਲਾਓ ਕੋਈ ਗੇਮ ਕਰੋ ਹਾਕੀ ਫੁੱਟਬਾਲ ਜੋ ਵੀ ਹੈ ਪਰ ਨਸ਼ੇ ਛੱਡ ਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਓ ਆਪਣੇ ਮਾਤਾ ਪਿਤਾ ਦੀ ਭੈਣ ਭਰਾਵਾਂ ਦੀ ਸੇਵਾ ਕਰੋ ਬਸ ਇੰਨਾ ਹੀ ਕਹਿਣਾ ਚਾਹਾਂਗੇ ਸੋ ਬਾਈ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸੋ ਇਹ ਸੰਦਰਸ਼ਕੋ ਸਰਦਾਰ ਪ੍ਰਮੇਂਦਰ ਸਿੰਘ ਜੀ ਸਿੱਧੂ ਜਿਨ੍ਹਾਂ ਨੇ ਇੰਟਰਨੈਸ਼ਨਲ ਬੁੱਕ ਆਫਰ ਕਾਰਡ ਇੰਡੀਆ ਬੱਕ ਆਫਰ ਕੋਡ ਵਿੱਚ ਨਾਮਣ ਦਾ ਸ਼ਾਮਲ ਹੋਇਆ ਮੈਕਸੀਮਮ ਜਿਹੜਾ ਡਿਸਟੈਂਸ ਹੈ ਨਿਸ਼ਚਿਤ ਸਮੇਂ ਦੇ ਵਿੱਚ ਇਹਨਾਂ ਨੇ ਪੂਰਾ ਕਰਨ ਦੇ ਵਿੱਚ ਵਿਸ਼ਵ ਰਕਾਰਡ ਬਣਾਇਆ ਸੋ ਇਨਸਾਨ ਦੇ ਵਿੱਚ ਇਹ ਸਵੈ ਭਰੋਸਾ ਹੋਵੇ ਜਨੂਨ ਹੋਵੇ ਕੁਝ ਕਰਨ ਦਾ ਜਿਹੜਾ ਇਰਾਦਾ ਹੋਵੇ ਤੇ ਕੋਈ ਵੀ ਮੰਜ਼ਲਾ ਜਿਹੜੀ ਉਹ ਦੂਰ ਨਹੀਂ ਹੈ ਉਹ ਸਰ ਕੀਤੀ ਜਾ ਸਕਦੀ ਹੈ ਇਹ ਸਾਨੂੰ ਸਿੱਖਿਆ ਮਿਲਦੀ ਹੈ ਬਾਈ ਪਰਮਿੰਦਰ ਸਿੰਘ ਸਿੱਧੂ ਦੇ ਜੀਵਨ ਤੋਂ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਸੁਖਵੀਰ ਸਿੰਘ ਚੈਨਾ ਪੰਜਾਬ న్యూਜ਼ ਦੇ ਲਈ ਕੋਟਪੂਰਾ ਤੋਂ ਧੰਨਵਾਦ